ਆਹ ਵੀਡੀਓ ਦੇ ਵਿੱਚ ਬਹੁਤ ਹੀ ਕੁਛ ਸਿੱਖਣ ਨੂੰ ਮਿਲਦਾ। ਇਹ ਇਨਸਾਨ ਪਹਿਲਾਂ ਗੱਡੀ ਸਟਾਰਟ ਕਰਦਾ, ਫਿਰ ਰੇਸ ਦਿੰਦਾ ਅਤੇ ਫਿਰ ਜਾਣਾ ਸ਼ੁਰੂ ਕਰ ਦਿੰਦਾ, ਡਰਾਈਵ ਕਰਦਾ। ਫੈਮਿਲੀ ਉਹਦੀ ਕਾਫੀ ਖੁਸ਼ ਆ, ਤੁਸੀਂ ਦੇਖ ਰਹੇ ਹੋ। ਉਹ ਆਪਣੀ ਫੈਮਿਲੀ ਵੱਲ ਦੇਖਦਾ, ਉਹਦੇ ਬੱਚੇ ਅਤੇ ਉਹਦੀ ਵਾਈਫ ਖੁਸ਼ ਹੁੰਦੇ ਨੇ। ਉਹ ਮੂਹਰੇ ਦੇਖਦਾ, ਅਚਾਨਕ ਗੁੱਸਾ ਆ ਜਾਂਦਾ, ਜਿਵੇਂ ਆਪਾਂ ਗੱਡੀ ਚਲਾਉਂਦੇ ਹਾਂ ਮੂਹਰੇ ਗੁੱਸਾ ਆ ਜਾਂਦਾ ਅਤੇ ਉਹ ਐਕਸੀਡੈਂਟ ਹੋ ਜਾਂਦਾ। ਜਿਹੜੀ ਉਹ ਬੱਚੀ ਆ ਉਹ ਦੇਖਿਓ, ਇਹਨੂੰ ਜੱਫੀ ਪਾ ਲੈਂਦੀ ਆ, ਯਾਨੀ ਕਿ ਸੀਟ ਬੈਲਟ ਉੱਪਰੋਂ ਜਿਹੜੀ ਉਹਦੀ ਵਾਈਫ ਆ ਇਹ ਕੰਮ ਕਰਦੀ ਆ ਸੀਟ ਬੈਲਟ ਆਪਣੇ ਲਈ। ਦੇਖੋ ਗੱਡੀ ਦਾ ਜਾਂ ਐਕਸੀਡੈਂਟ ਹੁੰਦਾ, ਸ਼ੀਸ਼ਾ ਸ਼ੀਸ਼ਾ ਫੁੱਟ ਜਾਂਦਾ, ਇਹ ਜਿਹੜੀ ਸੀਟ ਬੈਲਟ ਆਪਣਾ ਸਿਰ ਅੱਗੇ ਲੱਗਣ ਤੋਂ ਬਚਾਉਂਦੀ ਆ, ਜਿਹਦੇ ਨਾਲ ਆਪਣਾ ਕੋਈ ਨੁਕਸਾਨ ਨਹੀਂ ਹੁੰਦਾ ਅਤੇ ਇਨਸਾਨ ਬਚ ਜਾਂਦਾ। ਇਸ ਲਈ ਜ਼ਿੰਦਗੀ ਨੂੰ ਗਲੇ ਲਗਾਓ, ਹਮੇਸ਼ਾ ਆਪਣੀ ਸੀਟ ਬੈਲਟ ਆ ਜਿਹੜੀ ਉਹ ਲਗਾ ਕੇ ਰੱਖੋ।